ਕਿੰਨੇ ਮਹੀਨੇ ਦੀ ਗੱਬਣ ਹੈ? ये जोड़ा चेक करे माशाल्लाह। वाह जी वाह माशाल्लाह। अपना नाम और ड्रेस अच्छे तरीके नाल समझाओ मेरे वीरां नूं। मेरा नाम ही चाचा बूटा है जी जी, जिला ननकाणा साहब जी, पिंड जसलानी कलां साडा जी। अच्छा माशाल्लाह। हां जी, ननकाणा साहब 16 किलोमीटर है। हां जी, इधर फरोज हटवा तो 6-7 किलोमीटर है। हां जी, साडा गरीब खाना है। अच्छा अच्छा माशाल्लाह जी। बाद जनाब जेड़े साडे भरा, हां जी दोस्त वीर, हां जी साडे जाने जिगर, हाय हाय, जेड़े बाहर दे मुल्कां दे दूर दराज तिकर हां जी के ते साडियां वीडियो वेखदे ने जी जी, ਉਹਨਾਂ ਨੂੰ ਮੈਂ ਜਨਾਬ ਅਸਲਾਮ ਅਲੈਕਮ ਆਨਾ। ਵਾਲੇਕਮ ਸਲਾਮ। ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਬੇਸ਼ੱਕ ਜੀ। ਤੇ ਜਨਾਬ ਉਸ ਦੇ ਬਾਅਦ ਮੈਂ ਆਪਣੇ ਭਰਾਵਾਂ ਦਾ ਸ਼ੌਕ ਪੂਰਾ ਕਰਾਉਣਾ। ਅੱਛਾ ਜੀ ਮਾਸ਼ਾਅੱਲਾ। ਜਨਾਬ ਆਪਾਂ ਰਲ ਕੇ ਤੇ ਭਰਾਵਾਂ ਨੂੰ ਜਾਨਵਰ ਵਿਖਾਈਏ। ਸਭ ਤੋਂ ਪਹਿਲਾਂ ਜੀ ਮੈਨੂੰ ਨੰਬਰ ਦੱਸੋ। ਹਾਂਜੀ ਜਿਹੜਾ ਨੰਬਰ ਚੱਲ ਰਿਹਾ ਜੀ, ਨੰਬਰ 0300 ਪੂਰਾ, ਹਾਂਜੀ 3428799। ਅੱਛਾ ਜੀ, ਵਟਸਐਪ ਤੇ ਜਵਾਬ ਦਿੱਤਾ ਜਾਏਗਾ ਜੀ। ਹਾਂਜੀ ਵਟਸਐਪ ਤੇ ਕਰੋ, ਫੋਨ ਤੇ ਕਰੋ, ਅਸੀਂ ਭਰਾਵਾਂ ਦੇ ਨੌਕਰ, ਦਿਨ ਰਾਤ ਭਰਾਵਾਂ ਦੀ ਖਿਦਮਤ ਵਿੱਚ ਅਸੀਂ ਹਾਜ਼ਰ ਜੀ। ਠੀਕ ਹੈ, ਕੋਈ ਫੋਨ ਕਰੇ ਅਸੀਂ ਫਿਰ ਵੀ ਹਾਜ਼ਰ, ਕੋਈ ਵਟਸਐਪ ਕਰੇ ਅਸੀਂ ਫਿਰ ਵੀ ਹਾਜ਼ਰ। ਇਸ ਟਾਈਮ ਆਪਣੇ ਫਾਰਮ ਤੇ ਟੋਟਲ ਗੱਬਾਂ ਜੋਟੀਆਂ ਤੇ ਬੱਚੇ ਕਿੰਨੇ ਨੇ? ਮਾਸ਼ਾਅੱਲਾ, ਅੱਲਾਹ ਦਾ ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ ਜੀ ਜੀ। ਅੱਲਾਹ ਪਾਕ ਦਾ ਤੇ ਤਕਰੀਬਨ ਜੋਟੀਆਂ ਹੈ ਨੇ ਕੋਈ 50 ਕੋ ਸਮਝੀ, ਤੇ ਬੱਚਾ ਤੇ ਬੱਚੇ ਵੀ ਜਨਾਬ 45-50 ਬੱਚਾ ਵੀ ਹੈ ਮਾਸ਼ਾਅੱਲਾ। ਤੁਹਾਨੂੰ ਵਿਖਾਉਂਦੇ ਆ ਇਹ ਜੋਟੀਆਂ ਨੇ ਨਾਮ। ਅੱਛਾ ਜੀ, ਅੱਜ ਕਰਾਈਏ ਸ਼ੌਕ ਫਿਰ। ਹਾਂਜੀ, ਸਭ ਤੋਂ ਪਹਿਲਾ ਸ਼ੌਕ ਜੀ ਪਹਿਲੀ ਗੱਬਨ ਜੋਟੀ ਦਾ। ਹਾਂਜੀ ਲਓ ਜੀ, ਰੇਟ ਮੇਰਾ ਭਰਾ ਕੀ ਦੇ ਰਿਹਾ, ਕਿਉਂਕਿ ਰੇਟ ਦਾ ਅਕਸਰ ਸਵਾਲ ਕੀਤਾ, ਤੁਸੀਂ ਰੇਟ ਨਹੀਂ ਦੱਸਦੇ ਜੀ। ਰੇਟ ਪਏ ਜਾਣ ਵਧੇ ਪਏ ਨੇ, ਹਰ ਚੀਜ਼ ਤੇ ਮਹਿੰਗਾਈ ਹੋ ਰਹੀ ਹੈ। ਹਰ ਪਹਿਲੀ ਤਰੀਕ ਨੂੰ, ਹਰ 15 ਤਰੀਕ ਨੂੰ 60 ਰੁਪਏ ਡੀਜ਼ਲ ਵੱਧ ਰਿਹਾ। ਹਾਂ ਇਹ ਤਾਂ ਉਸ ਦੇ ਨਾਲ ਕੋਈ ਥੋੜਾ ਥੋੜਾ ਸਾਡਾ ਵੀ 5-10 ਰੁਪਏ ਵੱਧ ਜਾਵੇ ਤੇ ਕਿਹੜਾ ਹਰਜ ਹੈ? ਕੋਈ ਨਹੀਂ ਹਰਜ ਜੀ, ਗਵਰਨਮੈਂਟ ਨੂੰ ਕੋਈ ਨਹੀਂ ਬੈਨ ਤੇ ਸਾਨੂੰ ਕਾਹਦਾ ਬੈਨ ਹੈ? ਹਾਂ ਇਹ ਤੇ ਗੱਲ ਹੈ, ਜਦੋਂ ਦਿਲ ਕਰਦਾ 60-60 ਰੁਪਏ ਵਧਾ ਦਿੰਦੇ ਨੇ, ਜੇ ਕੋਈ 5-4 ਅਸੀਂ ਵਧਾ ਲਵੇ ਤੇ ਇਹਨਾਂ ਦਾ ਸਾਡਾ ਵੀ ਹੱਕ ਬਣਦਾ ਜੀ। 50 ਰੁਪਏ ਵਧੂ ਹੈ, ਰਾਤ ਨੂੰ ਘਬਰਾਉਣਾ ਨਹੀਂ। ਰਾਤ ਨੂੰ ਅੱਜ ਫਿਰ ਵਧਣ ਲੱਗਾ ਹੈ। ਹਾਂਜੀ ਹਾਂਜੀ, ਆਪਣੀ ਆਪਣੀ ਟੈਂਕੀਆਂ ਫੁੱਲ ਕਰਾਓ। ਆਓ ਜਨਾਬ ਇਹ ਜੋਤੀ ਲਓ ਜੀ, ਪਿਓਰ ਨੀਲੀ ਦੀ ਮਾਸ਼ਾਅੱਲਾ ਮਾਸ਼ਾਅੱਲਾ ਜੀ, ਤਸੱਲੀ ਕਰੋ ਜੀ, ਕਾਲਾ ਬ੍ਰਾਂਡ ਮਾਸ਼ਾਅੱਲਾ, ਅੱਖਾਂ ਵੀ ਕਾਲੀਆਂ ਹੈਂ, ਹਾਂ ਤੇਰੀ ਖੈਰ ਹੋ ਜਾ। ਜੋਟੀ ਦੇ ਪੁੱਠੇ ਤੇ ਲਾਓ, ਹਾਏ 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 ਮਾਸ਼ਾਅੱਲਾ, ਬਰੀਕੀਆਂ ਹਾਏ ਬਰੀਕੀਆਂ ਚੈੱਕ ਕਰੋ, ਬਰੀਕ ਚਮੜੀਆਂ ਆ ਨੇ ਨੀਲੀ ਦੀਆਂ ਕੁੰਜਾਂ ਹਾਂ, ਜਾਨਵਰ ਵੇਖੋ ਹਾਏ ਹਾਏ ਹਾਏ। ਸਾਡੇ ਭਰਾ ਕਮੈਂਟ ਕਰਕੇ ਦੱਸਣ ਵੀ ਜਾਨਵਰ ਚੰਗੇ ਨੇ ਕਿ ਮਾੜੇ ਨੇ। ਚੰਗੇ ਨੇ ਇਨਸ਼ਾਅੱਲਾ, ਅਸੀਂ ਉਹਨਾਂ ਦੇ ਮੁਤਾਬਕ ਉਹਨਾਂ ਦੀ ਰਾਏ ਲੈ ਕੇ ਉਸਦੇ ਮੁਤਾਬਕ ਚੱਲਣਾ। ਅੱਜ ਸਾਨੂੰ ਟਿੱਬੀ ਵੀ ਦੱਸਣੀ ਜੇ, ਅੱਲਾ ਦੇ ਹੁਕਮ ਨਾਲ ਕਿਹੜੀ ਟਿੱਬੀ ਚ ਗੰਨਾ ਮਿੱਠਾ ਚੋਖਾ ਲੱਭਦਾ? ਸਿਆਣਿਆਂ ਦਾ ਖਾਣ ਹੈ ਵੀ ਚੰਗਾ ਗੰਨਾ ਚੂਪਣਾ ਹੋਵੇ ਨਾ, ਕਮਾਨ ਦੇ ਉੱਤੇ ਬੰਦਾ ਖਲੋਤਾ ਹੋਵੇ। ਹਾਂਜੀ, ਟਿੱਬੀ ਜਿਹੜੀ ਵੇਖੋ ਉਹਨੂੰ ਵੀ ਹਵਾ ਵਾ ਤਗੜੀ ਹੈ, ਤਗੜੀ ਹੈ, ਗੰਨਾ ਬਣ ਕੇ ਲੈ ਲਿਓ। ਹਾਂਜੀ, ਮੈਂ ਇੱਕ ਮਿਸਾਲ ਦਿੱਤੀ ਹੈ ਵੀ ਚੰਗਾ ਜਾਨਵਰ ਲੈਣਾ ਹੋਵੇ ਨਾ ਤੇ ਚੰਗੀ ਜੂ ਦਾ ਇੰਤਖਾਬ ਕਰਨਾ। ਹਾਂ ਯੂ ਆਰ ਰਾਈਟ, ਜੂ ਅੱਜ ਜਾਣਾ ਪੈਂਦਾ ਹੈ। ਬਿਲਕੁਲ ਸਹੀ ਭਾਈ ਜਾਨ, ਇਹ ਇਲਾਕੇ ਦਾ ਜਾਨਵਰ ਵੀ ਚੰਗਾ ਹੈ, ਚੰਗਾ ਹੈ, ਉੱਥੇ ਜਾਣਾ ਪੈਂਦਾ ਹੈ। ਹਾਂਜੀ, ਇਹ ਗੱਲ ਭਾਈ ਜਾਨ ਮੈਂ ਕੀਤੀ ਸੀ ਤੇ ਜਨਾਬ, ਚੰਗਾ ਜਾਨਵਰ ਲੈਣਾ ਹੋਵੇ ਨਾ ਤੇ ਚੰਗੇ ਇਲਾਕੇ ਜਾਣਾ ਚਾਹੀਦਾ। ਹਾਂਜੀ ਮਾਸ਼ਾਅੱਲਾ, ਅੱਲਾ ਦੇ ਹੁਕਮ ਨਾਲ ਚੰਗੇ ਇਲਾਕਿਆਂ 'ਚ ਜਾਂਦੇ ਆ। ਹਾਂਜੀ ਹਾਂਜੀ, ਚੰਗੀਆਂ ਜੂਆਂ ਜੂ ਜਾਨਵਰ ਲਿਆਉਂਦੇ ਆ ਮਾਸ਼ਾਅੱਲਾ, ਭਰਾਵਾਂ ਦੀ ਖਿਦਮਤ ਵਾਸਤੇ। ਅੱਛਾ ਮੈਂ ਹੁਣ ਪੁੱਛਾਂ ਜਾ, ਇਹ ਕਿੰਨੇ ਮਹੀਨੇ ਦੀ ਗੱਬਣ ਹੈ? ਇਹ ਭਾਈ ਜਾਨ 5 ਮਹੀਨਿਆਂ ਦੀ। 5 ਮਹੀਨੇ ਦੀ, 5 ਮਹੀਨੇ ਦੀ ਗੱਬਣ ਜੋੜੀ ਦਾ ਰੇਟ ਕੀ ਹੈ? ਇਹਦਾ ਰੇਟ ਹੈ ਜੀ 430 ਰੁਪਏ। 430 ਰੁਪਏ? ਹਾਂਜੀ, ਪਿਛਲੀ ਵਾਰ 440 ਸੀ, ਨਹੀਂ 430 ਰੁਪਏ ਜੀ। ਅੱਛਾ ਅੱਛਾ, ਫਿਰ ਠੀਕ ਹੈ ਜੀ, 430 ਰੁਪਏ ਜੀ। ਮੈਂ ਲਓ ਜੀ ਅੱਗੇ ਚਲੋ ਜੀ ਮਾਸ਼ਾਅੱਲਾ ਜੀ, ਆਹ ਅਗਲੀ ਜੋੜੀ ਚੈੱਕ ਕਰੋ। ਲਓ ਜੀ ਮਾਸ਼ਾਅੱਲਾ, ਕੱਦ ਕਾਟ ਵਾਲੀਆਂ ਸੋਹਣੀਆਂ ਜੋੜੀਆਂ, ਪਿਓਰ ਨੀਲੀ ਦੇ ਕਾਲੇ ਬ੍ਰਾਂਡ ਜੀ। ਲਓ ਜੀ ਆਹ ਚੈੱਕ ਕਰੋ ਜੀ ਮਾਸ਼ਾਅੱਲਾ, ਹਾਏ ਹਾਏ ਹਾਏ, ਇਹ ਜੋੜੀ ਨਾ ਪਈ ਹੋਈ ਸੀ ਨਕੇਲ। ਅੱਛਾ, ਇਹ ਡਰਦੀ? ਅੱਛਾ ਡਰਦੀ ਹੈ, ਅੱਲਾ ਦੀ ਮਿਹਰਬਾਨੀ ਨਾਲ ਪੂਰੀ ਕੂੰਜ, ਇਹ ਤਾਂ ਪੂਰੀ ਕੂੰਜ ਮੈਨੂੰ ਲਾਇਆ ਗਈ ਸਾਡੇ। ਨਹੀਂ ਨਹੀਂ ਤੂੰ ਐਵੇਂ ਡਰਦਾ ਪਿਆ, ਇਹ ਵੇਖੋ ਨਾ ਕੂੰਜ। ਅੱਛਾ, ਪੂਰੀ ਬਰੀਕ ਜੋਟੀ ਹੈ, ਨਕੇਲ ਦੀ ਵਜ੍ਹਾ ਨਾਲ ਤੁੰਨੀ ਨਾ ਕੋਈ ਸਾਫ ਸੁਥਰੀ ਤੇ ਮੂੰਹ ਵਿੱਚ ਦੋਂਦੀ ਹੈ। ਅੱਛਾ ਹਾਂਜੀ, ਇੱਧਰ ਲਿਆਓ ਇਹਦੇ ਥੱਲੇ ਤੇ ਲਾਓ। ਲਓ ਜੀ ਇਹ ਥੱਲਾ ਚੈੱਕ ਕਰੋ, ਦਰਦੀ ਚ ਬੰਦ ਕੋਈ ਡਰ, ਇਹ ਇੱਧਰ ਲਿਆਓ। ਉਹ ਕਿੰਨੇ ਮਹੀਨੇ ਗੱਬਣ ਜੀ? ਇਹ ਜੀ 4 ਮਹੀਨੇ। 4 ਮਹੀਨੇ ਗੱਬਣ ਜੀ। ਲਓ ਜੀ ਅਗਲੀ ਜੋੜੀ ਚੈੱਕ ਕਰੋ ਮਾਸ਼ਾਅੱਲਾ, ਮਾਸ਼ੀ ਹੈ ਨਾ। ਹਾਂਜੀ, ਪੂਰੀ ਲਿੱਸੀ ਵੀ। ਹਾਂਜੀ, ਤੇ ਪੂਰੀ ਜੋਟੀ ਬਰੀਕ ਵੇਖੋ ਮਾਸ਼ਾਅੱਲਾ ਜੀ, ਆਹ ਚੈੱਕ ਕਰੋ ਜੀ।
ਮਾਸ਼ਾਅੱਲਾ ਮਾੜਾ ਜ਼ਰੂਰ ਹੈ ਦੌਂਦੀਆਂ ਨਾਲੇ ਮਾਸ਼ਾਅੱਲਾ ਚੈੱਕ ਕਰੋ ਜੀ ਚੈੱਕ ਵਾਕਿਆ ਜੀ ਮਾਲ ਸੋਹਣਾ ਤਸੱਲੀ ਕਰੋ ਜੀ ਹੁਣ ਮੈਂ ਸਵਾਲ ਇੱਥੇ ਬਣਦਾ ਚਾਰ ਮਹੀਨੇ ਤਸੱਲੀ ਦੇ ਨਾਲ ਨੀਲੀ ਰਾਵੀ ਦਾ ਬ੍ਰਾਂਡ ਜਾਨਵਰ ਫੰਡਰ ਲੈਂਟੋਰ ਜਾਈਏ ਨਾ ਉਹ ਨੀ ਲੱਭਦੇ ਨਹੀਂ ਲੱਭਦੇ ਨਹੀਂ ਲੱਭਦੇ ਬਾਈ ਬਿਲਕੁਲ ਦੁਬਾਰਾ ਸਾਡੇ ਕੋਲ ਕਿਆ ਬਾਤ ਵੇਖੋ ਮਾਸ਼ਾਅੱਲਾ ਕਿੰਨੇ ਮਹੀਨੇ ਦੀ ਗੱਬਣ ਹੈ ਚਾਰ ਮਹੀਨੇ ਗੱਬਣ ਵੇਖੋ ਪਰਾਂਦਾ ਥੱਲੇ ਲਮਕਿਆ ਪਿਆ ਛੋਟਾ ਪੀਸ ਹੈ ਬੰਤਾਲੀ ਦੀ ਰੇਂਜ ਵਾਲੀ ਵੀ ਜੁਟੀ ਆ ਗਈ ਜੀ ਮਾਸ਼ਾਅੱਲਾ ਚੈੱਕ ਕਰੋ ਜੀ ਸੋਹਣੀ ਸਨੈਪ ਚੈੱਕ ਕਰੋ ਹਾਏ 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 ਕਿੰਨੇ ਮਹੀਨੇ ਗੱਬਣ ਬਾਈ ਜਾਨ ਚਾਰ ਮਹੀਨੇ ਦੀ ਮਾਸ਼ਾਅੱਲਾ ਜੀ ਅੱਜ ਮੇਰਾ ਯਾਰ ਨੀ ਹੈਗਾ ਉਹਨਾਂ ਦੇ ਭਾਈ ਵੱਡੇ ਨੇ ਜੀ ਮਾਸ਼ਾਅੱਲਾ ਜੀ ਬੁਰਾ ਮਹਿਸੂਸ ਨੀ ਕਰਨਾ ਲਓ ਜੀ ਆਹ ਮੁਹੱਬਤਾਂ ਇਹਨਾਂ ਨਾਲ ਬਣਦੀਆਂ ਨੇ ਮਾਸ਼ਾਅੱਲਾ ਹਾਏ 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 ਚੈੱਕ ਕਰੋ ਵਾਕਿਆ ਜੀ ਸੋਹਣੇ ਜਾਨਵਰ ਸੋਹਣੇ ਜੀ ਇੱਧਰ ਲਿਆਓ ਇਹਨੂੰ ਖਾਓ ਮਾਸ਼ਾਅੱਲਾ ਜੀ ਆਹ ਵੀ ਚੈੱਕ ਕਰੋ ਜੀ ਲਓ ਜੀ ਹਾਏ ਹਾਏ ਆ ਵੇਖੋ ਆ ਇਹ ਫਾਰਮ ਤੇ ਜੀ ਖੜੇ ਆਉਣਾ ਹਾਂਜੀ ਤੇ ਕੀ ਲੱਗੇਗਾ ਇਹੋ ਜਿਹੇ ਜਾਨਵਰ ਹੁਣ ਮਤਲਬ ਤੁਹਾਡੇ ਕੋਲ ਖਲੋਤੇ ਨੇ ਹਾਏ ਲੋਕ ਤੁਹਾਡੇ ਕੋਲ ਵੇਖਣ ਆਉਣਗੇ ਹਾਂਜੀ ਕਿੱਥੋਂ ਕਿ ਚੱਲ ਕੇ ਆਉਂਦੇ ਹਾਂਜੀ ਉਹ ਦੱਸਣ ਦੇ ਇਸ ਤਰ੍ਹਾਂ ਦੇ ਜਾਨਵਰ ਦਿੰਨੇ ਆ ਕਿ ਲੋਕ ਜਦੋਂ ਆਉਂਦੇ ਨੇ ਨਾ ਵੇਂਦੇ ਨੇ ਸਾਡੇ ਉਹ ਗਾਹਕ ਬਣ ਜਾਂਦੇ ਨੇ ਅੱਛਾ
ਜਿਹੜਾ ਉਹਨਾਂ ਕੋਲ ਬੰਦਾ ਆ ਕੇ ਵੇਖਦਾ ਨਾ ਜਾਨਵਰ, ਉਹ ਸਾਡਾ ਗਾਹਕ ਬਣ ਜਾਂਦਾ। ਉਹਨਾਂ ਨੂੰ ਯਾਰ ਸਾਨੂੰ ਉੱਥੇ ਭੇਜੋ, ਬਿਲਕੁਲ ਸਹੀ ਗੱਲ, ਐਵੇਂ ਜਾਨਵਰ ਤੁਹਾਨੂੰ ਉਹਨਾਂ ਦਿੱਤੇ ਨੇ ਯਾਰ, ਐਡੇ ਸੋਹਣੇ ਜਾਨਵਰ, ਬੱਚਾ ਥੋੜਾ ਜਿਹਾ ਅਸੀਂ ਉਹ ਪਲੇ ਜਾਨਵਰ ਮਤਲਬ ਨਹੀਂ ਲਿਆਉਂਦੇ, ਅਸੀਂ ਜੂਹ ਦੇ ਵਿੱਚ ਜਾਨਵਰ ਲਿਆਉਂਦੇ ਹਾਂ, ਸੋਹਣੇ ਬਰੀਕ। ਹਾਂ ਕੀ ਬਾਤ ਹੈ ਜੀ, ਸੋਹਣੀਆਂ ਕੂੰਜਾਂ ਲੱਭ ਕੇ ਲਿਆਏ ਜੀ, ਮਾਸ਼ਾਅੱਲਾ। ਮੋਟੇ ਜਾਨਵਰ ਲਿਆਈ ਲਈਓ, ਉਹ ਪੈਂਚ ਲਿਸੇ ਹੁੰਦੇ ਜਾਂਦੇ ਨੇ। ਹਾਂਜੀ ਬਿਲਕੁਲ ਸਹੀ, ਅੱਗੇ ਚੱਲੀਏ, ਜਾਨਵਰਾਂ ਨੂੰ ਥੋੜੀ ਜਿਹੀ ਸੇਵਾ ਕਰੋ ਤੇ ਅੱਲਾ ਦੀ ਮਿਹਰਬਾਨੀ ਨਾਲ ਦੋਨੇ ਤਰੀਨੇ ਹੁੰਦੇ ਜਾਂਦੇ ਨੇ। ਲਓ ਜੀ ਅਗਲੇ ਮੱਲੇ ਚਲੋ ਜੀ, ਲਵੇ ਚੱਲਨੇ ਜੀ, ਪਰ ਵਿਖਾਇਆ ਵਿਖਾ ਰਹੇ ਜੀ, ਆਹ ਤਾਂ ਵਿਖਾ ਲੈਣਾ ਬਸ ਸਾਰੇ, ਉਧਰ ਬੱਚਿਆਂ ਨੇ ਘੁੰਮਦੇ ਆਏ। ਲਓ ਜੀ ਮਾਸ਼ਾਅੱਲਾ ਜੀ, ਇਸ ਸਾਈਡ ਤੇ ਖੜੇ ਨੇ ਜੀ, ਲਓ ਜੀ ਮਾਸ਼ਾਅੱਲਾ, ਆਏ ਹਾਏ ਜੋਟੀਆਂ ਬੈਠੀਆਂ ਨੇ, ਥੱਕੀਆਂ ਹੋਈਆਂ ਨੇ, ਮਾਸ਼ਾਅੱਲਾ ਜੀ। ਨਾਲੇ ਤੁਸੀਂ ਹਰ ਦਫਾ ਮਾਲ ਨਵਾਂ ਲੈ ਕੇ ਆਉਂਦੇ ਜੀ, ਫਰੈਸ਼, ਹਾਏ ਹਾਏ ਮਾਸ਼ਾਅੱਲਾ, ਸਨੱਪ ਚੈੱਕ ਕਰੋ, ਕਦ ਕਾਟ ਵਾਲੀਆਂ, ਹਾਏ ਹਾਏ ਹਾਏ, ਇਹੋ ਜਿਹੀਆਂ ਫਾਰਮ ਤੇ ਖੜੀਆਂ ਵਾ ਤੇ ਨਾ ਅੱਧ ਨਾਲ ਅੱਧ ਕਮਾਉਂਦੀਆਂ ਨੇ, ਨਾ ਨਿਕਲਦਾ ਜੀ। ਹਾਂਜੀ ਪੈਸੇ ਤਾਂ ਲੋਕ ਕਮਾਉਂਦੇ ਹੀ ਰਹਿੰਦੇ ਨੇ, ਬਿਲਕੁਲ ਇੰਜ ਗੱਲ ਹੈ, ਨਾ ਕੱਢ ਚੱਲਦੇ। ਹਾਂਜੀ ਮਾਸ਼ਾਅੱਲਾ ਜੀ, ਇਹ ਕਿੰਨੇ ਮਹੀਨੇ ਗੱਭਾ ਨੇ ਲਾਈ ਉੱਡਿਆ, ਇਹ ਸਾਢੇ ਤਿੰਨ ਮਹੀਨੇ ਦੀ, ਇਹ ਤਿੰਨ ਮਹੀਨੇ, ਇਹ ਤਿੰਨ ਮਹੀਨੇ ਦੀ, ਮਾਸ਼ਾਅੱਲਾ ਜੀ ਚੈੱਕ ਕਰੋ ਜੀ, ਮਾਸ਼ਾਅੱਲਾ ਦੋਂਦੀ, ਲਓ ਜੀ ਮੂੰਹ ਦੋਂਦੀ, ਮਾਸ਼ਾਅੱਲਾ ਚੈੱਕ ਕਰੋ, ਆ ਵੇਖੋ ਹਾਏ ਹਾਏ, ਹਰ ਇੱਕ ਝੋਟੀ ਤੁਹਾਨੂੰ ਖੋਨੇ ਆ, ਕੀ ਬਾਤ ਹੈ ਜੀ, ਮਾਸ਼ਾਅੱਲਾ, ਹਾਏ ਹਾਏ, ਇਹ ਤਾਂ ਰੱਦੀ ਲਈ ਫਿਰਦੇ ਰੱਦੀ, ਲਓ ਜੀ ਆ ਵੇਖੋ ਜੀ, ਮਾਸ਼ਾਅੱਲਾ ਕੀ ਬਾਤ ਹੈ, ਕੀ ਜਾਨਵਰ, ਠੰਡੇ ਫਿਰ, ਕੀ ਕੀ ਸੁਥਰੀਆਂ ਸੋਹਣੀਆਂ ਨੇ ਜੁੜੀਆਂ, ਮਾਸ਼ਾਅੱਲਾ ਜੀ, ਅੱਗੇ ਚੈੱਕ ਕਰੋ ਜੀ, ਲਓ ਜੀ, ਲਓ ਜੀ ਦੋ ਆ ਗਏ ਨੇ, ਚੈੱਕ ਕਰੋ ਜੀ, ਮਾਸ਼ਾਅੱਲਾ ਅੱਗੇ ਜਾ ਰਹੇ ਹਾਂ ਜੀ, ਲਓ ਜੀ ਦੋ ਇੰਪੋਰਟੈਂਟ ਪਿਓਰ ਹੈ, ਹਾਂਜੀ ਪਿਓਰ ਚ ਆ ਗਈਆਂ ਨੇ ਜੀ, ਮਾਸ਼ਾਅੱਲਾ, 10 ਫੁੱਟ ਲੰਬਾਈ ਕਦ ਹੈ ਜੀ, ਮਾਸ਼ਾਅੱਲਾ ਜੀ, ਇੱਕ ਸੂਆ ਸੂਈ ਹੋਈ ਹੈ, ਅੱਛਾ ਇੱਕ ਸੂਆ ਸੂਈ ਹੈ, ਇੱਕ ਸੂਆ ਸੂਈ, ਹਾਂਜੀ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ 10 ਲੱਖ ਦੀ ਗਾਂ ਬਣੇਗੀ, 10 ਲੱਖ ਦੀ ਇਨਸ਼ਾਅੱਲਾ, ਅੱਛਾ ਮਾਸ਼ਾਅੱਲਾ, ਕਿੰਨੇ ਜੋੜ ਦੀ ਗਾਂ ਦੀ ਹਾਈਟ ਵਿਖਾਓ ਨਾ ਤੇ ਲੰਬਾਈ ਵਿਖਾਓ, ਮੈਂ ਲੰਬਾਈ ਵਿਖਾਈ ਖਾਣਾ ਜੀ, ਮਾਸ਼ਾਅੱਲਾ ਜੀ ਕੀ ਬਾਤ ਹੈ, 10 ਫੁੱਟ ਤੋਂ ਜ਼ਿਆਦਾ ਹੀ ਬਣਦੀ ਵੀ, ਮਾਸ਼ਾ ਕਿੰਨੇ ਮਹੀਨੇ ਗੱਬਾ ਨੇ ਪਾਈ ਬੁੜਿਆ, ਸਾਢੇ ਤਿੰਨ ਮਹੀਨੇ, ਕੀ ਰੇਟ ਦੇਵੋਗੇ, ਪਕੜੋ ਜੀ ਤੁਸੀਂ ਆਪ ਪਕੜੋ, ਬਾਕੀ ਇਹਦਾ ਜੀ ਇਹ ਫਰਿੱਜ ਨੇ ਇਹਨਾਂ ਦੀ, ਅੱਛਾ ਪਿਓਰ ਆਸਟ੍ਰੇਲੀਅਨ, ਲਓ ਜੀ ਚਾਰ ਸੂਈ ਦੇ ਨਾਲ ਦੀ ਦੂਜੀ, ਮਾਸ਼ਾਅੱਲਾ ਕੱਦ ਕਾਟ ਚੈੱਕ ਕਰੋ ਜੀ, ਮਾਸ਼ਾਅੱਲਾ ਕੱਲ ਸ਼ੌਕ ਦੇ ਨਜ਼ਾਰੇ, ਮਾਸ਼ਾਅੱਲਾ ਜੀ ਚੈੱਕ ਕਰੋ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਲਓ ਜੀ ਅਗਲਾ ਮਾਲ ਜੀ, ਫਿਰ ਆ ਗਈ ਜੀ ਇੱਕ ਪਿਓਰ, ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ, ਇਹ ਵੀ ਗੱਬਣ ਹੈ, ਹਾਂਜੀ ਗੱਬਣ ਹੈ, ਮਾਸ਼ਾਅੱਲਾ ਜੀ, ਸਾਢੇ 4 ਮਹੀਨੇ ਦੀ, ਸਾਢੇ 4 ਮਹੀਨੇ ਦੀ, ਹਾਂਜੀ ਪਹਿਲਨ ਵੈੜ ਹੈ ਜੀ, ਮਾਸ਼ਾਅੱਲਾ ਜੀ ਪਹਿਲਨ, ਹਾਂਜੀ ਕੀ ਬਾਤ, ਦੇਖੋ ਜਾਨਵਰ ਕੈਸੇ ਨੇ, ਇੰਪੋਰਟੈਂਟ ਪੀਸ ਨੇ ਜਨਾਬ, ਇਹ ਭਰਾਵਾਂ ਦੀ ਕਿਹੜੀ, ਪਤਾ ਨਹੀਂ ਕਿੱਥੇ ਕਿੱਥੇ ਕੱਢ ਕੇ ਲੈਣ, ਇਨਸ਼ਾਅੱਲਾ ਇਨਸ਼ਾਅੱਲਾ, ਹਾਂਜੀ ਅੱਲਾ ਦੇ ਫਜ਼ਲ ਨਾਲ ਚੰਗੇ ਚੰਗੇ ਜਾਨਵਰ ਲਿਆਵਾਂਗੇ, ਮਾਸ਼ਾਅੱਲਾ, ਭਰਾਵਾਂ ਦਾ ਸ਼ੌਕ ਪੂਰਾ ਕਰਾਵਾਂਗੇ, ਸ਼ੌਕ ਵੀ ਆਦਾ ਹੀ ਪੂਰਾ ਕਰਦੇ, ਸਾਡਾ ਸ਼ੌਕ ਹੈ, ਸਾਡਾ ਸ਼ੌਕ ਹੈ, ਮਾਸ਼ਾਅੱਲਾ ਜੀ ਕਰਾ ਕੇ ਵਾਛੀ ਕੋਲ 45 ਲੀਟਰ ਦੇ, ਇਨਸ਼ਾਅੱਲਾ, ਅੱਛਾ ਇਨਸ਼ਾਅੱਲਾ, ਇਨਸ਼ਾਅੱਲਾ 45 ਲੀਟਰ ਦੀ ਮਾਲ ਹੈ, 44-45 ਲੀਟਰ, ਐਸਾ ਵੇ 45-45 ਲੀਟਰ ਕਰਨਗੇ ਇਨਸ਼ਾਅੱਲਾ, ਸ਼ਰਤੀਆਂ ਵਾਛੀਆਂ ਉਹਨੇ ਵਾਛੀਆਂ ਨੇ, ਆ ਵਾਹ ਜੀ ਵਾਹ, 45 ਲੀਟਰ ਆ ਜਾਣਗੇ ਇਨਸ਼ਾਅੱਲਾ ਤਾਲਾ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਾਹਰ ਚੋਰ ਨਹੀਂ ਇੱਥੇ ਤੋਂ ਆ ਕੇ ਬਾਕੀ, ਦੋਂਦਾ ਰੁਪਏ ਕਿਲੋ ਜੀ ਕੁਰਬਾਨੀ ਵਾਲਾ ਕੱਟਾ ਜੀ, ਚੈੱਕ ਕਰੋ ਜੀ, ਮਾਸ਼ਾਅੱਲਾ ਸਲੀ ਨਾਲ ਵੇਖੋ, ਮਾਸ਼ਾਅੱਲਾ ਸਲੀ ਕਰੋ ਜੀ, ਅੱਛਾ ਇੱਕ ਹੋਰ ਤੁਹਾਡੇ ਗੱਲ ਪੁੱਛਣੀ, ਅਗਰ ਬੁਰਾ ਮਹਿਸੂਸ ਨਾ ਕਰੋ, ਅੱਜ ਕੱਲ੍ਹ ਬੜੀ ਬਿਮਾਰੀ ਦਾ ਇਸ਼ੂ ਚੱਲਿਆ ਹੋਇਆ, ਮਾਸ਼ਾਅੱਲਾ ਅਲਹਮਦੁਲਿਲਾ ਸੁਮ ਅਲਹਮਦੁਲਿਲਾ, ਮੈਂ ਕਹਿੰਦਾ ਸ਼ੁਕਰ ਹੈ ਅੱਲਾ ਇਸ ਤਰ੍ਹਾਂ ਕੋਈ ਮਸਲਾ ਜਾਵੇ ਵੀ ਨਾ, ਤੁਹਾਡੇ ਜਾਨਵਰ ਸਾਰੇ ਪਾਕ ਸਾਫ਼ ਨੇ, ਭਾਈ ਜਾਨ ਵੇਖ ਕੇ ਪਿਆਤ ਨਾਲ ਹਾਂਜੀ ਸੁਥਰੇ ਜਾਨਵਰ ਲੈ ਕੇ ਆਉਂਦੇ ਆ, ਸਾਡੇ ਕੋਲ ਕੱਲ੍ਹ ਜਿਹੜਾ ਨਾ ਸਾਡਾ ਮੰਗਲ ਵਾਲੇ ਦਿਨ, ਹਾਂਜੀ ਸਾਡੇ ਕੋਲ ਭਾਈ ਜਾਨ ਆਇਆ ਸੀ ਤੇ ਇਹਨਾਂ ਨੂੰ ਪੁੱਛ ਲਓ ਵੀ ਸਾਡੇ ਕੋਲ ਜਾਨਵਰ ਨਹੀਂ, ਭਾਈ ਜਾਨ ਤੁਸੀਂ ਸਾਡੇ ਕੋਲ ਮੰਗਲ ਨੂੰ ਆਇਆ ਸੀ, ਸਾਡੇ ਕੋਲ ਕੋਈ ਜਾਨਵਰ ਮੌਜੂਦ ਸੀ, ਕੋਈ ਨਹੀਂ ਸੀ, ਅਸੀਂ ਆਇਆ ਹੈ ਲੱਗਣ ਦਾ, ਹਾਂਜੀ ਲੇਕਿਨ ਸਾਡੇ ਕੋਲ ਜਾਨਵਰ ਨਹੀਂ ਸਨ, ਅਸੀਂ ਇਹਨਾਂ ਫਿਰ ਇਹ ਸਾਡੇ ਕੋਲ ਰਹਿ ਰਹੇ ਹਾਂ, ਬੰਦੇ ਅਸੀਂ ਇੱਥੇ ਬੈਠੇ ਹਾਂ, ਅੱਛਾ ਕਿੰਨੇ ਲੈ ਕੇ ਜਾਣਾ ਜੀ, ਤਿੰਨ ਚਾਰ ਜਾਨਵਰ ਲੈ ਕੇ ਜਾਣਾ, ਚਾਰ ਜਾਨਵਰ, ਹਾਂਜੀ ਅੱਛਾ ਜੀ ਮਾਸ਼ਾਅੱਲਾ, ਅਸੀਂ ਮੇਰਾ ਮਤਲਬ ਨਾਲ ਨਾਲ ਲਿਆਉਂਦੇ ਹਾਂ ਅਤੇ ਨਾਲ ਨਾਲ ਅੱਲਾ ਦੀ ਮਿਹਰਬਾਨੀ ਫਰੂਤ ਕਰ ਦਿੰਦੇ ਹਾਂ, ਮਾਸ਼ਾਅੱਲਾ ਬਾਅਦ ਅਸੀਂ ਸਾਫ਼ ਸੁਥਰੇ ਜਾਨਵਰ ਲੈ ਕੇ ਉਹਨੇ ਵੇਖ ਕੇ, ਹਾਂਜੀ ਕੁਦਰਤ ਦੇ ਨਿਜ਼ਾਮ, ਆਹ ਉਹ ਕੁਦਰਤ ਦੇ ਨਿਜ਼ਾਮ ਹੈ ਜੀ, ਮਾਸ਼ਾਅੱਲਾ ਆ ਗਏ ਨੇ ਅੱਗੇ ਬੱਚੇ, ਦੂਸਰੀ ਸਾਈਡ ਦੇ ਗੱਭਣ ਜੁੜੀਆਂ, ਉਹ ਸਾਈਡ ਫਿਰ ਅਜੇ ਇੱਕ ਸਾਈਡ ਦੇ ਹੀ ਗੱਭਣ ਆ, ਅਤੇ 13-14 ਮਿੰਟ ਦੀ ਬਣ ਗਈ, ਅੱਛਾ ਜੀ ਭਾਈ ਜਾਨ ਬੱਚੇ ਦਾ ਕੀ ਰੇਟ ਹੈ ਜੀ, ਅੱਛਾ ਚਲੋ ਜੀ ਮਾਸ਼ਾਅੱਲਾ, ਥੋੜ੍ਹਾ ਸਾਈਡ ਤੋਂ ਆ ਜਾਓ ਭਾਈ ਜਾਨ, ਸਾਨੂੰ ਬਣਾ ਲੈ ਜੀ, ਮਾਸ਼ਾਅੱਲਾ ਜੀ, ਹਾਏ ਹਾਏ ਵੇਖੋ ਦਾਣੇ ਪਿਓਰ ਸਾਈ ਬਾਲ ਦੇ, ਆ ਪਪਰੇ
ماشاءاللہ جی چیک کرو حسین دے بادشاہ ہائے 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 چیک کرو جی حسین کیا بات ہے ادھر ٹورن اورا اولے ملے ٹور ہائے ہائے پکھے وی لگے ہائے 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 ماشاءاللہ ماشاءاللہ جی ماشاءاللہ میں اچھی جان کھڑا دے ماشاءاللہ کیا بات ہے جی پکھا ہے لیاو یار ایک اور پکڑ لیاو 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 پکڑ ماشاءاللہ ماشاءاللہ جی ہاں چیزاں ویکھو ہاں چیز ویکھی نہیں بچے دی بالکل اے ببرا اے شے بھائی سا گیا ٹھا کر کے اچھا نا نا سا تو اگے چل دے ماشاءاللہ یہ چیک کریں جی یہ جوڑا چیک کریں ماشاءاللہ جڑا نا کڈے ایک دفعہ دفعہ ہون گے واہ جی واہ ماشاءاللہ داغ دبے تو بیماری تو پاک جانور لے جاؤ ویکسینیشن چیک کرو جی سلیاں کر لو رنجا لالا بس ایک کس ریٹ کے بچے نے اگے آ کے دسو بھائی کا دام ساڑھے چار سو روپئے کلو جی ساڑھے چار سو روپئے کلو ماشاء اللہ چیک کر لو بچے ماشاء اللہ سلیاں ماشاء اللہ جی بلے ملے چلیے جی چیک کرو ماشاء اللہ شور آ رہا ہے اس میں اندر سائیڈ جا رہا ہے چیک کرو ماشاءاللہ چیک کرو کمال چیک کرو ماشاءاللہ اے ماشاءاللہ جی چلے نال ماشاءاللہ چلے نال سونے ساتھ واہ جی واہ کیا بات ہے جی ماشاءاللہ ہر طرح کے جانور ساڈے کول نام ماشاءاللہ ہر نسل ہر بریڈ ماشاءاللہ آپ ہی ایک بچہ رہ گیا ماشاءاللہ جی لو جی اگلا ہی ویکھ لو جی ایو لگ نشانی لگ گئی پورا پنجاب ماشاءاللہ
نصیب کرے جی ماشاء اللہ برکت پاوے مطلب ریٹ چڈی لایا ہوتا مہینے کی ہوگی دس روپیے ود لگ جائے پیچھو سان مہنگی ملتی باقی میں ڈاکٹر لے کے آنا چاہیے سو بسم اللہ اپنا ڈاکٹر لے کے ویلکم سو بسم اللہ تاکہ ڈاؤٹ نہ رہے یقین ہے کوئی پریشانی نہیں سڈے کو ان شاء اللہ اللہ دے حکم نال جڑا بھرا سڈے لے آنا چاہتے ہیں ڈاکٹر نال لے آؤ اپنی چیک کروا لو اپنا بقاعدہ لکھ کے لے جا اگر ڈاکٹر نہیں لے کے آتے ساری جناب گرنٹی تین مہینے تک ساری گرنٹی کوئی مسئلہ مسائل ہوئے اسی اس کے جواب دار ہیں جی ٹھیک ہو سر بہت مہربانی ماشاء اللہ اعلیٰ بریڈ اعلیٰ نسل اعلیٰ باقی میں پھر بھی اپنے چیک کر لو ماشاء اللہ مال تھوڑے سامنے نظر آ رہا ہے بھائی محمد یعنی کہ اس چاچا بوٹا انہوں نے انٹرویو لیا ماشاء اللہ چیک کرو مال تھوڑے سامنے بالکل وی آئی پی بریڈ بچے اس تو علاوہ جوٹیاں گبن جوٹیاں فنڈر جوٹیاں کسی لینیا ان اس بعد کھیرے دوندے بچے لینے ہوں جس طرح سے جانے تم چاہیے ہوئے انہیں رابطہ کر سکتا نمبر سکرین تیار ہے اگر تمہیں ساری ویڈیو چنگی لگے ویڈیو نے لائک کرو شیئر کرو ملتے ہیں اس طرح کے اور نئی ویڈیو میں تب تک کے لیے اپنے میزبان مسیح بلوچ کو اجازت دیجیے اجازت دیجیے اللہ حافظ